ਬਾਬਾ ਦੀਪ ਸਿੰਘ ਸਾਹਿਬ ਜੀ ਦੀ ਜਨਮ ਸਾਖੀ, ਗਿਆਨੀ ਠਾਕੁਰ ਸਿੰਘ ਜੀ ਅੰਮ੍ਰਿਤਸਰ ਵਾਲੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਅਤੇ ਉਹ ਮੰਜੀ ਸਾਹਿਬ ਜੀ ਦੇ ਕਥਾਕਾਰ ਹੋਏ ਨੇ ਪੁਰਾਣੇ, ਅਤੇ ਉਹਨਾਂ ਨੇ ਗੁਰੂ ਖਾਲਸਾ ਜੀ ਸ਼ਹੀਦ ਬਿਲਾਸ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਲਿਖਿਆ ਹੈ, ਉਹ ਕਵਿਤਾ ਵਿੱਚ ਹੈ ਸਾਰਾ ਹੀ। ਉਹਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਜਨਮ ਸਾਖੀ ਲਿਖੀ ਹੈ ਵੀ ਕਿਵੇਂ ਉਹਨਾਂ ਦਾ ਅਵਤਾਰ ਹੋਇਆ, ਪ੍ਰਕਾਸ਼ ਹੋਇਆ, ਅਤੇ ਕਿਵੇਂ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਰਨ ਵਿੱਚ ਆਏ, ਅਤੇ ਇੱਥੇ ਆ ਕੇ ਉਹਨਾਂ ਨੇ ਕੀ ਕੀਤਾ, ਅਤੇ ਕਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹਨਾਂ ਨੂੰ ਪਿੱਛੇ ਮੋੜਿਆ, ਅਤੇ ਸਾਰਾ ਇਤਿਹਾਸ ਉਹਦੇ ਵਿੱਚ ਹੈ। ਅਤੇ ਮਨ ਦਾ ਇਹ ਫੁਰਨਾ ਹੈ, ਰੱਬ ਪੂਰਾ ਕਰਾ ਦੇ ਵੀ ਇੱਕ ਤਾਂ ਉਹਦੀ ਕਥਾ ਰਿਕਾਰਡ ਕੀਤੀ ਜਾਏ ਸਾਰੀ ਜਨਮ ਸਾਖੀ ਦੀ, ਨਾ ਉਹ ਕਵਿਤਾ ਵਿੱਚ ਹੈ ਜਿੱਦਾਂ ਹੁਣ ਕਥਾ ਰਿਕਾਰਡ ਹੋ ਰਹੀ ਹੈ, ਇੱਕ ਤਾਂ ਸੰਗਤਾਂ ਵਿੱਚ ਇਹ ਮਾਧਿਅਮ ਨਾਲ ਪਹੁੰਚ ਜਾਏ, ਅਤੇ ਦੂਜੀ ਉਹ ਪੁਰਾਣੀ ਛਪੀ ਹੈ ਉਹਦੀ ਇੱਕ ਕਾਪੀ ਬੜੇ ਜ਼ੋਰ ਦੇ ਨਾਲ ਲੱਭੀ ਹੈ, ਅਤੇ ਉਹ ਯਤਨ ਕਰੀਏ ਵੀ ਉਹਨੂੰ ਛਪਵਾ ਵੀ ਦਿੱਤਾ ਜਾਵੇ, ਨਾਲ ਔਖੇ ਔਖੇ ਅਰਥ ਥੱਲੇ ਲਿਖ ਕੇ, ਅਤੇ ਉਹ ਗੁਰੂ ਕਿਆਂ ਸਿੱਖ ਸੰਗਤਾਂ ਵਿੱਚ ਪਹੁੰਚੇ। ਕਿਉਂਕਿ ਭਾਈ ਮਨੀ ਸਿੰਘ ਦੀ ਜਨਮ ਸਾਖੀ ਸੇਵਾ ਸਿੰਘ ਜੀ ਨੇ ਲਿਖੀ ਹੈ ਸ਼ਹੀਦ ਬਿਲਾਸ, ਉਹ ਵੀ ਸਿੱਖ ਸੰਗਤਾਂ ਵਿੱਚ ਪਹੁੰਚੀ ਹੈ, ਹੋਰ ਵੀ ਗੁਰੂ ਕਿਆਂ ਸਿੱਖਾਂ ਦੀਆਂ ਜਨਮ ਸਾਖੀਆਂ ਨੇ, ਅਤੇ ਬਾਬਾ ਦੀਪ ਸਿੰਘ ਜੀ ਦੇ ਜਨਮ ਦੀ ਅਵਤਾਰ ਦੀ ਕਥਾ ਬਹੁਤ ਘੱਟ ਮਿਲਦੀ ਹੈ। ਇੱਕੋ ਹੀ ਕਥਾ ਹੈ ਵੀ ਕਿਵੇਂ ਉਹਨਾਂ ਨੇ ਆ ਕੇ ਜੰਗ ਕੀਤਾ, ਉਹੀ ਕਥਾ ਹੈ। ਅਤੇ ਇਹਨਾਂ ਦਾ ਅਵਤਾਰ ਗੁਰੂ ਖਾਲਸਾ ਜੀ ਪਹੂ ਪਿੰਡ ਨਗਰ ਦੇ ਵਿੱਚ ਹੋਇਆ, ਅਤੇ ਪਿਤਾ ਦਾ ਨਾਮ ਭਾਈ ਭਗਤਾ ਅਤੇ ਮਾਤਾ ਦਾ ਨਾਂ ਜੀਵਣੀ ਸੀ, ਅਤੇ ਇਹਨਾਂ ਦੇ ਘਰ ਕੋਈ ਪੁੱਤ ਨਹੀਂ ਸੀ, ਨਾ ਕੋਈ ਧੀ ਸੀ, ਅਤੇ ਉਮਰ ਗੁਰੂ ਖਾਲਸਾ ਜੀ ਵਡੇਰੀ ਹੋ ਗਈ ਸੀ, ਅਤੇ ਹੈ ਗੁਰੂ ਕੇ ਸਿੱਖ ਸੀ। ਅਤੇ ਇਹ ਇਤਿਹਾਸਕਾਰਾਂ ਨੇ ਲਿਖਿਆ ਹੈ ਵੀ ਹਰ ਮਹੀਨੇ ਇੱਕ ਵਾਰ ਦੋ ਵਾਰ ਜਦੋਂ ਵੀ ਬਲ ਪੈਣਾ, ਪਹੂ ਪਿੰਡ ਤੋਂ ਮਾਤਾ ਪਿਤਾ ਸ਼੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਆਉਂਦੇ, ਆ ਕੇ ਮੱਥਾ ਟੇਕਦੇ, ਅਤੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਇਹ ਅਰਦਾਸ ਕਰਦੇ ਵੀ ਸੱਚੇ ਪਾਤਸ਼ਾਹ ਜੇ ਕੋਈ ਧੀ ਪੁੱਤ ਦੇਣਾ ਤਾਂ ਇਹੋ ਜਿਹਾ ਦਵੀ ਜਿਹਦਾ ਸਿਰ ਤੇਰੇ ਚਰਨਾਂ ਦੇ ਵਿੱਚੋਂ ਨਾ ਉੱਠੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੋਰ ਦੇਰੀ ਲੱਗ ਜੇ, ਇਤਿਹਾਸਕਾਰ ਲਿਖਦੇ ਨੇ ਕਿ 12 ਸਾਲ ਅਰਦਾਸਾਂ ਕਰਦੇ ਰਹੇ ਮਾਤਾ ਪਿਤਾ ਜਾ ਕੇ, ਸਾਹਿਬ ਜੀ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਨੀ ਹੈ, ਅਤੇ ਇਹੋ ਜਿਹੀ ਬਖਸ਼ਿਸ਼, ਇਹੋ ਜਿਹੀ ਕਿਰਪਾ ਕਰਿਓ ਵੀ ਇਹੋ ਜਿਹਾ ਪੁੱਤ ਹੋਵੇ ਤੇਰੇ ਦਰ ਤੋਂ ਉਹਦਾ ਸਿਰ ਉੱਠੇ ਹੀ ਨਾ, ਬਸ ਤੇਰੇ ਦਰ ਦਾ ਹੀ ਉਹ ਭੌਰਾ ਬਣਿਆ ਰਹੇ। 12 ਸਾਲੀ ਗੁਰੂ ਖਾਲਸਾ ਜੀ ਪਿਤਾ ਭਗਤਾ ਜੀ ਖੇਤਾਂ ਵਿੱਚ ਕੰਮ ਕਰਦੇ ਪਏ ਸੀ, ਅਤੇ ਮਾਨੋ ਕਲਗੀਧਰ ਪਾਤਸ਼ਾਹ ਆਪ ਹੀ ਸਿੱਖ ਦਾ ਰੂਪ ਧਾਰ ਕੇ ਆਏ ਹੋਣ, ਆਪ ਹੀ ਗੁਰੂ ਨਾਨਕ ਸਾਹਿਬ ਜੀ ਸਿੱਖ ਦਾ ਰੂਪ ਧਾਰ ਕੇ ਆਏ ਹੋਣ, ਅਤੇ ਖੇਤਾਂ ਵਿੱਚ ਚਲੇ ਗਏ ਅਤੇ ਜਾ ਕੇ ਅਤੇ ਭਾਈ ਭਗਤਾਂ ਨਾਲ ਗੱਲਬਾਤ ਕਰਨ ਲੱਗ ਪਏ। ਇੰਨੇ ਚਿਰ ਨੂੰ ਮਾਤਾ ਜੀਵਨੀ ਜੀ ਪ੍ਰਸ਼ਾਦਾ ਲੈ ਕਰਕੇ ਆ ਗਏ, ਅਤੇ ਭਾਈ ਭਗਤਾ ਜੀ ਕਹਿਣ ਲੱਗੇ ਗੁਰੂ ਕੇ ਸਿੱਖੋ ਪ੍ਰਸ਼ਾਦਾ ਛਕੋ, ਅਤੇ ਕਹਿਣ ਲੱਗੇ ਚਲੋ ਛਕਦੇ ਹੈ। ਅਤੇ ਖੂਹ ਚੱਲਦਾ ਸੀ ਨਾਲੇ ਰੋ ਨਾਲੇ ਗੁੜ, ਅਤੇ ਉੱਥੇ ਗੁਰੂ ਖਾਲਸਾ ਜੀ ਉਹਨਾਂ ਨੇ ਦਿੱਤਾ, ਅਤੇ ਭਾਈ ਭਗਤਾ ਜੀ ਨੂੰ ਉਹ ਗੁਰੂ ਕਾ ਸਿੱਖ ਪੁੱਛਣ ਲੱਗਾ ਵੀ ਕੋਈ ਰੌਣਕ ਨਹੀਂ ਜਾਪਦੀ ਅਜੇ, ਖੂਹ ਜਿਹੜਾ ਇਹ ਸੁਈਆਂ ਸੁਈਆਂ ਜਾਪਦਾ, ਇਕੱਲੇ ਕੰਮ ਕਰਦੇ ਪਏ ਹੋ, ਜਿਹੜੀ ਮਾਂ ਸੀ ਉਹਦੇ ਨੇਤਰ ਭਰ ਆਏ, ਬਾਬਾ ਦੀਪ ਸਿੰਘ ਸਾਹਿਬ ਜੀ ਦੇ ਮਾਤਾ ਜੀ
ਤੇ ਬੋਲਿਆ ਨਹੀਂ ਗਿਆ ਤੇ ਉਹ ਗੁਰੂ ਕੇ ਸਿੱਖ ਨੇ ਮਾਤਾ ਵੱਲ ਵੇਖਿਆ, ਕਹਿਣ ਲੱਗੇ ਨੇਤਰ ਕਿਉਂ ਭਰਦੇ ਹੋ? ਕਹਿਣ ਲੱਗੇ ਉਮਰ ਵਡੇਰੀ ਹੋ ਗਈ ਹੈ, ਲਾਲਸਾ ਬੜੀ ਹੈ, ਪਰ ਸਾਹਿਬ ਨੇ ਅਜੇ ਕੋਈ ਕਿਰਪਾ ਨਹੀਂ ਕੀਤੀ। ਹੁਣ ਮਾਂ ਜਾਣਦੀ ਹੈ ਨਾ ਜਿਹਦੇ ਘਰ ਕੋਈ ਅਜੇ ਨਹੀਂ ਹੋਇਆ, ਜਿਹਨੂੰ ਲਾਲਸਾ ਹੈ ਵੀ ਮੇਰੇ ਘਰ ਕੋਈ ਧੀ ਪੁੱਤ ਹੋਵੇ, ਕੋਈ ਗੁਰੂ ਕਾ ਸਿੱਖ ਹੋਵੇ, ਮੈਂ ਵੀ ਲਾਡ ਲਡਾਵਾਂ, ਉਹ ਮਾਂ ਨੂੰ ਪਤਾ ਹੁੰਦਾ ਹੈ। ਤੇ ਹੱਥ ਜੋੜ ਕੇ ਉਹ ਮਾਂ ਕਹਿਣ ਲੱਗੀ, ਗੁਰੂ ਕਿਹਾ ਸਿੱਖਾ, ਬਾਬੇ ਬੁੱਢੇ ਦੇ ਰੂਪ ਦੇ ਵਿੱਚ ਮਾਤਾ ਗੰਗਾ ਦੀ ਝੋਲੀ ਨੂੰ ਭਾਗ ਲਾਇਆ ਸੀ, ਤੇ ਹੁਣ ਕਿਹੜੀ ਕਰਾਮਾਤ ਮੁੱਕ ਗਈ ਹੈ? ਉਹੋ ਹੀ ਬਾਬਾ ਬੁੱਢਾ ਏ, ਤੇਰੇ ਬਚਨਾਂ ਵਿੱਚ ਉਹੋ ਹੀ ਬਲ ਹੈ, ਮੈਨੂੰ ਤੇ ਜਾਪਦਾ ਤੇ ਬਚਨ ਕਰਦੇ ਤੇ ਤੇਰੇ ਬਚਨਾਂ ਦੇ ਨਾਲ ਕਿਰਪਾ ਹੋ ਜਾਣੀ ਹੈ। ਤੇ ਉੱਥੇ ਉਹ ਗੁਰੂ ਕੇ ਸਿੱਖ ਨੇ, ਗੁਰੂ ਖਾਲਸਾ ਜੀ ਬਚਨ ਕੀਤਾ, ਜੇ ਕਲਗੀਧਰ ਪਾਤਸ਼ਾਹ ਦੀ ਕਿਰਪਾ ਹੋਈ, ਗੁਰੂ ਨਾਨਕ ਦੇਵ ਪਾਤਸ਼ਾਹ ਦੀ ਕਿਰਪਾ ਹੋਈ, ਤੇ ਸੱਚਮੁੱਚ ਹੀ ਸਾਹਿਬ ਜੀ ਭਾਗ ਲਾਉਣਗੇ। ਉਹ ਸਿੱਖ ਨੇ ਪ੍ਰਸ਼ਾਦਾ ਛਕਿਆ ਤੇ ਤੁਰਿਆ ਗਿਆ, ਤੁਰਿਆ ਜਾਂਦਾ ਜਾਂਦਾ ਪਤਾ ਨਹੀਂ ਕਿੱਧਰੇ ਚਲਿਆ ਗਿਆ। ਇਤਿਹਾਸਕਾਰ ਕਹਿੰਦੇ ਬੇ ਮੁੜ ਕੇ ਨਹੀਂ ਆਇਆ ਉਹ ਗੁਰੂ ਕਾ ਸਿੱਖ। ਤੇ ਉੱਥੇ ਗੁਰੂ ਖਾਲਸਾ ਜੀ ਫਿਰ ਕੁਝ ਸਮੇਂ ਬਾਅਦ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਹੋਇਆ ਤੇ ਉਹਨਾਂ ਦਾ ਜਦੋਂ ਅਵਤਾਰ ਹੋਇਆ ਮਨ ਵਿੱਚ ਬੜੀ ਖੁਸ਼ੀ ਕੀਤੀ। ਬਚਪਨ ਤੋਂ ਹੀ ਬੜੇ ਮਿੱਠੇ ਸੁਭਾਵ ਦੇ ਤੇ ਬੜਾ ਸਤਿਗੁਰੂ ਸਾਹਿਬ ਜੀ ਦੇ ਘਰ ਦੇ ਨਾਲ ਪਿਆਰ ਕਰਨ ਵਾਲੇ। ਜਦੋਂ 16-17 ਸਾਲਾਂ ਦੇ ਹੋਏ ਪਤਾ ਲੱਗਾ ਵੀ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ 10ਵੇਂ ਪਾਤਸ਼ਾਹ ਜੀ ਬੈਠੇ ਨੇ। ਸੱਚੇ ਪਾਤਸ਼ਾਹ ਦਾ ਦਰਸ਼ਨ ਕਰਨ ਵਾਸਤੇ ਮਾਪੇ ਇਕੱਠੇ ਹੋਏ ਤੇ ਆਨੰਦਪੁਰ ਸਾਹਿਬ ਜੋੜ ਮੇਲਾ ਸੀ ਤੇ ਉੱਥੇ ਗੁਰੂ ਖਾਲਸਾ ਜੀ ਜਦੋਂ ਗਏ ਤੇ ਬਾਬਾ ਦੀਪ ਸਿੰਘ ਨੇ ਵੇਖਿਆ ਵੀ ਕਈ ਗੁਰੂ ਕੇ ਸਿੰਘ ਬਾਟੇ ਮਾਂਜੀ ਜਾਂਦੇ ਹੈ ਤੇ ਕਈ ਗੁਰੂ ਕੇ ਸਿੰਘ ਪ੍ਰਸ਼ਾਦੇ ਛਕੀ ਜਾਂਦੇ ਹੈ। ਕੋਈ ਮਹਾਰਾਜ ਦੇ ਅੱਗੇ ਬਰਛਾ ਫੜ ਕੇ ਖਲੋਤਾ ਦਰਵਾਜ਼ੇ ਅੱਗੇ ਦਰਬਾਨ ਬਣ ਕੇ ਤੇ ਕੋਈ ਸੇਵਾ ਕਰਦਾ ਪਿਆ। ਮਨ ਵਿੱਚ ਚਾਅ ਉੱਠਿਆ ਵੀ ਮੈਂ ਵੀ ਮਹਾਰਾਜ ਦੇ ਸੇਵਾ ਕਰਾਂ ਤੇ ਚੌਰ ਫੇਰ ਰਿਹਾ ਸੀ ਸਿੱਖ ਤੇ ਬਾਬਾ ਜੀ ਨੇ ਪੱਖਾ ਫੜ ਲਿਆ, ਮਹਾਰਾਜ ਨੂੰ ਪੱਖਾ ਕਰਨ ਲੱਗ ਪਏ। ਦੋ ਦਿਨ ਕਰਦੇ ਰਹੇ, ਤੀਜੇ ਦਿਨ ਮਹਾਰਾਜ ਸਾਹਿਬ ਜੀ ਨੇ ਨਾ ਨਿਗਾਹ ਭਰ ਕੇ ਵੇਖਿਆ ਬਾਬਾ ਦੀਪ ਸਿੰਘ ਵੱਲ, ਸੋਹਣੇ ਸੁਨੱਖੇ ਸਡੌਲ ਸਰੀਰ, ਤੇ ਕਹਿਣ ਲੱਗੇ ਵੀ ਤੇਰਾ ਨਾਮ ਕੀ ਹੈ ਭਜੰਗੀ ਸਿੰਘਾ? ਤੇ ਕਹਿਣ ਲੱਗਾ ਵੀ ਮੇਰਾ ਨਾਮ ਦੀਪਾ ਜਨ, ਮੇਰਾ ਨਾਮ ਹੈ ਦੀਪਾ ਤੇ ਪਿੰਡ ਮੇਰਾ ਪੋਹ ਪਿੰਡ ਹੈ। ਕਿਉਂਕਿ ਉਹ ਗੁਰੂ ਕਾ ਸਿੱਖ ਜਿਹੜਾ ਸੀ ਨਾ ਉਹਨੇ ਬਚਨ ਕੀਤਾ ਸੀ ਵੀ ਜੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ ਨਾ ਤੇ ਤੁਹਾਡੇ ਘਰ ਇਹੋ ਜਿਹਾ ਪੁੱਤ ਹੋਵੇਗਾ ਜਿਹੜਾ ਤੁਹਾਡਾ ਨਾਮ ਦੀਵੇ ਵਾਂਗੂ ਰੋਸ਼ਨ ਕਰੇਗਾ। ਤੇ ਮਾਤਾ ਪਿਤਾ ਨੇ ਨਾਮ ਫਿਰ ਦੀਪ ਰੱਖਿਆ ਸੀ, ਦੀਪਾ ਕਹਿੰਦੇ ਸੀ। ਤੇ ਮਹਾਰਾਜ ਸਾਹਿਬ ਜੀ ਮੈਂ ਤੁਹਾਡੇ ਚਰਨਾਂ ਵਿੱਚ ਆਇਆ ਏ ਤੇ ਚਰਨਾਂ ਤੋਂ ਵਿਛੋੜਿਓ ਨਾ। ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਜੇ ਵੀਰੇ ਇਹ ਪ੍ਰੇਮ ਪਾਇਆ ਏ ਤੇ ਮੈਨੂੰ ਛੱਡ ਕੇ ਨਾ ਜਾਵੀਂ, ਫਿਰ ਜਾਵੀਂ ਨਾ ਪ੍ਰੇਮੀਆਂ, ਪ੍ਰੇਮ ਕੂ ਤੂੰ ਪਾਏ ਕਹਿ। ਸੋਹਣ ਸਿੰਘ ਜੀ ਘੁੱਕੇ ਵਾਲੀ ਕਬੀਸ਼ਰ ਸਿੰਘ ਆ ਉਹਨੇ ਬੋਲ ਲਿਖੇ ਵੀ ਮਹਾਰਾਜ ਨੇ ਆਖਿਆ ਵੀ ਛੱਡ ਕੇ ਨਾ ਜਾਵੀਂ। ਤੇ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਗਿਆ ਕੀਤੀ, ਸਾਹਿਬ ਜੀ ਆ ਸਿਰ ਤੁਹਾਡੇ ਚਰਨਾਂ ਵਿੱਚ ਲੱਗੇਗਾ, ਤੁਹਾਡਾ ਤੁਹਾਡੇ ਚਰਨਾਂ ਵਿੱਚ ਮੈਂ ਸਿਰ ਦੀ ਭੇਟਾ ਦੇ ਦਿੱਤੀ ਹੈ, ਜਦੋਂ ਸਿਰ ਵੀ ਤੁਹਾਡੇ ਚਰਨਾਂ ਵਿੱਚ ਲਾ ਕੇ ਤੇ ਫਿਰ ਹੀ ਮੈਂ ਤੁਹਾਡੇ ਚਰਨਾਂ ਵਿੱਚ ਲੀਨ ਹੋਵਾਂਗਾ, ਉੱਦਾਂ ਮੈਂ ਤੁਹਾਨੂੰ ਨਹੀਂ ਛੱਡ ਕੇ ਜਾਂਦਾ। ਖੁਸ਼ ਸਤਨਾਮ ਸ਼੍ਰੀ ਵਾਹਿਗੁਰੂ। ਸਤਿਗੁਰੂ ਅੱਗੇ ਸੀਸ ਭੇਟ ਦਿਓ, ਸਤਿਗੁਰੂ ਅੱਗੇ ਸਿਰ ਦੀ ਭੇਟਾ ਦਿੱਤੀ, ਇਹ ਪ੍ਰਤੱਗਿਆ ਕੀਤੀ।
ਫਿਰ ਸਾਹਿਬ ਜੀ ਦੇ ਕੋਲ ਹੀ ਰਹੇ, ਮਾਤਾ ਪਿਤਾ ਪਿੱਛੇ ਆ ਗਏ ਅਤੇ ਉੱਥੇ ਵੀ ਭਾਈ ਮਨੀ ਸਿੰਘ ਸਾਹਿਬ ਜੀ ਦੇ ਪਾਸੋਂ ਗੁਰਮੁਖੀ ਵਿੱਦਿਆ ਪੜ੍ਹੀ। ਉੱਥੇ ਉਹਨਾਂ ਦੇ ਕੋਲੋਂ ਫਿਰ ਗਤਕਾ ਸ਼ਸਤਰ ਵਿੱਦਿਆ ਸਿੱਖੀ, ਅਰਬੀ ਫਾਰਸੀ ਦਾ ਗਿਆਨ ਪ੍ਰਾਪਤ ਕੀਤਾ। ਭਾਈ ਆਨੰਦ ਲਾਲ ਸਾਹਿਬ ਜੀ ਆਏ ਅਤੇ ਉਹਨਾਂ ਦੇ ਫਿਰ ਜਿਹੜੇ ਲਿਖਾਈ ਸੀ ਨਾ ਉਹਨਾਂ ਦੇ ਗ੍ਰੰਥਾਂ ਦੀ, ਉਹ ਗੁਰਮੁਖੀ ਦੇ ਵਿੱਚ ਕੀਤੀ, ਅਨੁਵਾਦ ਕੀਤੇ। ਲਿਖਾਈ ਬੜੀ ਸੋਹਣੀ ਸੀ ਬਾਬਾ ਜੀ ਦੀ। ਅਤੇ ਪਿੱਛੋਂ ਫਿਰ ਮਾਤਾ ਪਿਤਾ ਜੀ ਆਏ ਵੀ ਹੁਣ ਸਾਡਾ ਪੁੱਤ ਇਕੱਲਾ ਇਕੱਲਾ ਮਹਾਰਾਜ, ਸਾਡਾ ਸਹਾਰਾ ਏ ਅਤੇ ਤੋਰ ਦਿਓ ਉਹਨੇ ਨੂੰ। ਅਤੇ ਬਾਬਾ ਦੀਪ ਸਿੰਘ ਸਾਹਿਬ ਜੀ ਚਾਹੁੰਦੇ ਆ ਵੀ ਮੈਂ ਨਾ ਜਾਵਾਂ ਛੱਡ ਕੇ। ਅਤੇ ਕਲਗੀਧਰ ਪਾਤਸ਼ਾਹ ਨੇ ਸੋਚਿਆ ਵੀ ਇਹਦੇ ਕੋਲ ਪਹਿਰੇ ਬੜੇ ਲੈਣੇ ਆ, ਇਹ ਫਰਤੀਲਾ, ਇਹ ਜੰਗ ਹੋਣਾ ਏ, ਇਹਨੇ ਜੰਗ ਦੇ ਮੈਦਾਨ ਵਿੱਚ ਅੱਗੇ ਸ਼ਹੀਦ ਹੋ ਜਾਣਾ ਏ, ਇਹਨੇ ਸਰਸਾ ਨਹੀਂ ਲੰਘਣੀ, ਇਹ ਜੰਗ ਨੂੰ ਬੜਾ ਕਾਹਲਾ ਏ, ਅਤੇ ਇਹਦੇ ਕੋਲ ਤਾਂ ਬਾਅਦ ਵਿੱਚ ਪਹਿਰੇ ਲੈਣੇ ਆ, ਕੰਮ ਲੈਣੇ ਹੈ, ਸੇਵਾਵਾਂ ਲੈਣੀਆਂ ਨੇ। ਅਤੇ ਕਹਿਣ ਲੱਗੇ ਦੀਪ ਸਿੰਘ ਜੀ ਤੁਸੀਂ ਜਾਓ, ਇੱਥੇ ਭਾਵੇਂ ਜੋ ਮਰਜ਼ੀ ਹੋ ਜਾਵੇ, ਜਿੰਨਾ ਚਿਰ ਅਸੀਂ ਨਾ ਸੱਦੀਏ ਤੁਸੀਂ ਨਾ ਆਏ, ਇਹ ਵਚਨ ਕੀਤਾ। ਅਤੇ ਬਾਬਾ ਜੀ ਪਿੰਡ ਆ ਗਏ, ਪਹੂ ਪਿੰਡ, ਪਤਾ ਤਾਂ ਲੱਗਾ ਵੀ ਸਾਹਿਬ ਜੀ ਦੇ ਸਾਹਿਬਜ਼ਾਦੇ ਜਾਣ ਤੋਂ ਪਿਆਰੇ ਸਿੰਘ ਸ਼ਹੀਦ ਹੋ ਗਏ। ਮਨ ਵਿੱਚ ਚਾਹੁੰਦਾ ਇਹ ਉਬਾਲੇ ਖਾਂਦਾ ਵੀ ਮੈਂ ਵੀ ਜਾਵਾਂ, ਪਰ ਗੁਰੂ ਦੇ ਵਚਨਾਂ ਦੇ ਬੱਧੇ ਹੋਏ, ਗੁਰੂ ਖਾਲਸਾ ਜੀ ਪਿੰਡ ਹੀ ਰਹੇ। ਜਦੋਂ ਦਮਦਮੇ ਸਾਹਿਬ ਪਹੁੰਚੇ ਤਾਂ ਮਹਾਰਾਜ ਨੇ ਸੋਚਿਆ ਵੀ ਹੁਣ ਬਾਬਾ ਦੀਪ ਸਿੰਘ ਤੋਂ ਪਹਿਰਾ ਲੈਂਦੇ ਹਾਂ, ਅਤੇ ਉਹ ਸੁਨੇਹਾ ਭੇਜਿਆ ਵੀ ਉਹਨਾਂ ਨੂੰ ਸੱਦੋ। ਫਿਰ ਆਏ ਅਤੇ ਫਿਰ ਇੱਥੇ ਆ ਕੇ ਨਾਲੇ ਅਤੇ ਮਹਾਰਾਜ ਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਪੜ੍ਹੀ, ਨਾਲੇ ਕਲਮਾ ਛਿਆਈ ਦੁਆਤ ਦਾ ਪ੍ਰਬੰਧ ਕਰਦੇ ਰਹੇ, ਅਤੇ ਭਾਈ ਮਨੀ ਸਿੰਘ ਸਾਹਿਬ ਜੀ ਗੁਰਬਾਣੀ ਲਿਖਦੇ ਰਹੇ। ਮਹਾਰਾਜ ਨੇ ਬਾਬਾ ਦੀਪ ਸਿੰਘ ਨੂੰ ਕਿਉਂ ਨਹੀਂ ਲਾਇਆ? ਕਿਉਂਕਿ ਜਿੱਥੇ ਗੁਰੂ ਖਾਲਸਾ ਜੀ ਪੜ੍ਹਾਉਣ ਵਾਲਾ ਹੋਵੇ ਨਾ, ਉੱਥੇ ਪੜ੍ਹਨ ਵਾਲੇ ਦਾ ਸੀ। ਉਸ ਸਮੇਂ ਕਲਗੀਧਰ ਦੇ ਵੇਲੇ ਵਿਦਿਆ ਗੁਰੂ ਸੀ, ਵਿਦਿਆ ਦੇ ਟੀਚਰ ਸੀ, ਸਾਰੇ ਸਿੱਖ ਇਹਨਾਂ ਦੇ ਕੋਲੋਂ ਪੜ੍ਹਦੇ ਸੀ। ਅਤੇ ਜੇ ਮਹਾਰਾਜ ਭਾਈ ਮਨੀ ਸਿੰਘ ਨੂੰ ਪਿੱਛੇ ਕਰਦੇ ਅਤੇ ਬਾਬਾ ਦੀਪ ਸਿੰਘ ਨੂੰ ਲਾਉਂਦੇ, ਤਾਂ ਫਿਰ ਗੁਰੂ ਖਾਲਸਾ ਜੀ ਟੀਚਰ ਦੀ ਤੁਹੀਨ ਹੁੰਦੀ ਸੀ। ਅਤੇ ਮਹਾਰਾਜ ਸਾਹਿਬ ਜੀ ਨੇ ਵਿਦਿਆ ਗੁਰੂ ਦਾ ਸਤਿਕਾਰ ਜਿਹੜਾ ਬਰਕਰਾਰ ਰੱਖਿਆ, ਕਿ ਵਿਦਿਆ ਗੁਰੂ ਦਾ ਸਤਿਕਾਰ ਰੱਖਣਾ ਬੜੀ ਵੱਡੀ ਗੱਲ ਹੁੰਦੀ ਹੈ ਜਿਹਦੇ ਕੋਲ ਵਿਦਿਆ ਪੜ੍ਹੀ। ਸਾਰ ਕਿਤਾਬਲੀ ਇੱਕ ਗ੍ਰੰਥ ਹੈ, ਉਹਦੇ ਵਿੱਚ ਲਿਖਿਆ, ਇੱਕ ਆਖਰ ਦਾਤਾ ਜੋ ਗੁਰ, ਜੋ ਸੇਵਤ ਨਹਿਤਾਸ, ਪਾਏ ਜਨਮ ਸੋ ਸਵਾਨ ਕੋ ਬਹੁਰ ਸੁਪਚ ਕਰਵਾਸ। ਜਿਹਦੇ ਕੋਲੋਂ ਇੱਕ ਅੱਖਰ ਵੀ ਪੜ੍ਹਿਆ ਹੋਵੇ ਉਹਦਾ ਨਾਂ ਸਤਿਕਾਰ ਕਰੀਏ ਨਾ, ਅਤੇ ਸੌ ਜਨਮ ਕੁੱਤੇ ਦਾ ਮਿਲਦਾ ਏ ਅਤੇ ਫੇਰ ਚੰਡਾਲਾਂ ਘਰ ਜਨਮ ਹੁੰਦਾ, ਖੁਦ ਸਤਨਾਮ ਸ਼੍ਰੀ ਵਾਹਿਗੁਰੂ। ਇਸ ਲਈ ਸਤਿਕਾਰ ਕਰਨਾ ਗੁਰੂ ਦੇਵਾਂ ਦਾ, ਜਿਹਨਾਂ ਕੋਲ ਵਿੱਦਿਆ ਪੜ੍ਹੀ ਹੋਏ, ਇਹ ਬਣਦਾ ਏ। ਉੱਥੇ ਮਾਣ ਦਿੱਤਾ ਭਾਈ ਮਨੀ ਸਿੰਘ ਸਾਹਿਬ ਜੀ। ਜਦੋਂ ਮਹਾਰਾਜ ਸਾਹਿਬ ਜੀ ਦਮਦਮੇ ਸਾਹਿਬ ਤੋਂ ਚੱਲੇ 48 ਸਿੰਘਾਂ ਨੂੰ ਅਰਥ ਪੜਾ ਕੇ, ਅਤੇ ਉਸ ਵਕਤ ਗੁਰੂ ਖਾਲਸਾ ਜੀ ਬਾਬਾ ਦੀਪ ਸਿੰਘ ਜੀ ਨੂੰ ਭਾਈ ਮਨੀ ਸਿੰਘ ਨੇ ਜਿਹੜੀ ਬੀੜ ਲਿਖੀ ਉਹ ਦੇ ਦਿੱਤੀ ਗੁਰੂ ਮਹਾਰਾਜ ਦੀ, ਇਹਦਾ ਉਤਾਰਾ ਕਰਕੇ ਤੁਸੀਂ ਦਮਦਮੇ ਸਾਹਿਬ ਦਮਦਮੇ ਤੋਂ ਹਜ਼ੂਰ ਸਾਹਿਬ ਲੈ ਆਇਓ। ਅਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਉਤਾਰਾ ਕੀਤਾ ਬੀੜ ਸਾਹਿਬ ਦਾ, ਅਤੇ ਫਿਰ ਪਾਲਕੀ ਬਣਾ ਕੇ ਹਾਥੀ 'ਤੇ ਸਜਾ ਕੇ ਦੋਨੋਂ ਸਰੂਪ ਲਿਖ ਕੇ, ਇੱਕ ਉਤਾਰਾ ਇੱਕ ਭਾਈ ਮਨੀ ਸਿੰਘ ਜੀ ਦੀ ਲਿਖੀ ਬੀੜ ਲੈ ਕੇ ਸੱਚਖੰਡ ਪਹੁੰਚੇ। ਮਹਾਰਾਜ ਸਾਹਿਬ ਜੀ ਨੇ ਗਾਤਰੇ ਦੀ ਕਟਾਰ ਜਿਹੜੀ ਸੀ ਉਹ ਖੁਸ਼ੀ ਦੇ ਨਾਲ ਬਾਬਾ ਦੀਪ ਸਿੰਘ ਨੂੰ ਬਖਸ਼ੀ। ਅੱਜ ਵੀ ਉਹ ਕਟਾਰ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਲ ਪੰਥ ਸ਼੍ਰੀ ਮਿਸਲ ਸ਼ਹੀਦਾਂ ਤਰਨਾ ਦਲ ਸ਼੍ਰੀ ਬਾਬਾ ਬਕਾਲਾ ਸਾਹਿਬ ਵਿਖੇ ਹਾਜ਼ਰ ਹੈ।
ਤੇ ਬਾਬਾ ਜੀ ਦੇ ਦਲ ਪੰਥ ਦੇ 15ਵੇਂ ਜਾਨਸ਼ੀਨ ਬਾਬਾ ਗਜਨ ਸਿੰਘ ਸਾਹਿਬ ਜੀ ਉਹਨਾਂ ਸ਼ਹੀਦਾਂ ਦੀ ਸਾਂਭ ਸੰਭਾਲ ਤਨਦੇਹੀ ਦੇ ਨਾਲ ਕਰਦੇ ਪਏ ਨੇ। ਅੱਜ ਵੀ ਉਹਨਾਂ ਦਾ ਦਲ ਪੰਥ ਚੱਲਦਾ ਪਿਆ ਹੈ, ਉਹਨਾਂ ਦੀ ਸੰਪਰਦਾ ਚੱਲਦੀ ਪਈ ਹੈ। ਅਤੇ ਮਹਾਰਾਜ ਸਾਹਿਬ ਜੀ ਦੀਆਂ ਵਡਿਆਈਆਂ ਦੇ ਪਾਤਰ ਬਾਬਾ ਦੀਪ ਸਿੰਘ ਸਾਹਿਬ ਜੀ ਇਸ ਪ੍ਰਕਾਰ ਬਣੇ ਸੀ।